ਅੱਜ ਅਸੀਂ ਸਾਰੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਬੇਨਤੀ ਕਰਨ ਆਏ ਹਾਂ। ਜਦ ਅਕਾਲ ਤਖਤ ਸਾਹਿਬ ਨੂੰ ਪਿੱਛੇ ਜੇ ਚਰਚਾ ਸ਼ੁਰੂ ਹੋਈ ਸੀਗੀ, ਪੰਥਕ ਸਭਾ 'ਚ ਗੱਲ ਚੱਲੀ ਸੀਗੀ ਕਿ ਪਰਮਜੀਤ ਸਿੰਘ ਪੰਜਵੜ ਦੀ ਤਸਵੀਰ ਸਿੱਖ ਅਜਾਇਬ ਘਰ 'ਚ ਲਾਈ ਜਾਵੇ, ਅਸੀਂ ਬੇਨਤੀ ਕਰਨ ਆਏ ਹਾਂ ਕਿ ਪਰਮਜੀਤ ਸਿੰਘ ਪੰਜਵੜ ਦੀ ਜਿਹੜੀ ਕੁਰਬਾਨੀ ਹੈ ਇੱਕ ਅਲੱਗ ਮੁੱਦਾ, ਅਸੀਂ ਉਹਦਾ ਸਤਿਕਾਰ ਕਰਦੇ ਹਾਂ। ਜਿੱਥੇ ਜਿੱਥੇ ਵੀ ਪਰਮਜੀਤ ਸਿੰਘ ਪੰਜਵੜ ਵੱਲੋਂ ਪੰਥ ਦਾ ਕਾਣ ਕੀਤਾ ਗਿਆ, ਅਸੀਂ ਪਹਿਲਾਂ ਉਹਨਾਂ ਗੱਲਾਂ ਦਾ ਜਵਾਬ ਮੰਗਦੇ ਹਾਂ। ਪਰਮਜੀਤ ਸਿੰਘ ਪੰਜਵੜ ਨੇ 20ਵੀਂ ਸਦੀ ਦੇ ਮਹਾਨ ਜਰਨੈਲ, ਮਰਦੇ ਮੁਜਾਹਿਦ, ਬਾਬਾ ਏ ਕੌਮ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲ ਦੇ ਸਭ ਤੋਂ ਨਜ਼ਦੀਕੀ ਅਤੇ ਭਰੋਸੇਮੰਦ ਸਾਥੀਆਂ ਦਾ ਚੁਣ ਚੁਣ ਕੇ ਸ਼ਹੀਦ ਕੀਤਾ ਗਿਆ ਉਹਨਾਂ ਦਾ। ਸਭ ਤੋਂ ਪਹਿਲਾਂ ਗੱਲ ਕਰਾਂ ਮੈਂ ਸਿੱਖ ਪੰਥ ਦੇ ਰੋਸ਼ਨ ਦਿਮਾਗ ਅਮਰ ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਦੀ। ਹਰਮਿੰਦਰ ਸਿੰਘ ਸੰਧੂ ਦੀ ਬਦੌਲਤ ਪੰਜਾਬ ਦਾ ਜਿਹੜਾ ਸਿੱਖ ਸੰਘਰਸ਼ ਸੀਗਾ ਇੱਕ ਮੁਕਾਮ 'ਤੇ ਪਹੁੰਚਣ ਵਾਲਾ ਸੀਗਾ, ਜਦੋਂ ਉਹਨੇ ਖਾਲਸਾ ਪੰਚਾਇਤਾਂ ਦਾ ਅਨਾਊਂਸ ਕੀਤਾ। ਖਾਲਸਾ ਪੰਚਾਇਤਾਂ ਮੀਨ ਸਰਕਾਰ ਦੇ ਸਮਾਨਤਾ ਸਰਕਾਰ ਸੀਗੀ ਬੜੀ ਪੰਥਕ ਰਵਾਇਤਾਂ ਦੇ ਮੁਤਾਬਕ, ਪਰ ਸਰਕਾਰ ਨੂੰ ਬਰਦਾਸ਼ਤ ਨਹੀਂ ਸੀਗੀ। ਫਿਰ ਉਦੋਂ ਪਰਮਜੀਤ ਸਿੰਘ ਪੰਜਵੜ ਵਰਗੇ ਸਰਕਾਰ ਦੇ ਹੱਥ ਟੋਕੇ ਬਣੇ ਅਤੇ ਸਰਕਾਰ ਦੀ ਸ਼ਹਿ 'ਤੇ ਭਾਈ ਹਰਮਿੰਦਰ ਸਿੰਘ ਸੰਧੂ, ਭਾਈ ਗੁਰਿੰਦਰ ਸਿੰਘ ਜੀ ਭੋਲਾ ਪਟਰੋਲ, ਜਿਨ੍ਹਾਂ ਬਾਰੇ ਸੰਤਾਂ ਨੇ ਕਿਹਾ ਸੀਗਾ ਕਿ ਕਾਬਰ ਸਿੰਘ ਅਤੇ ਰਣਜੀਤ ਸਿੰਘ ਮੈਂ ਸੋਨਿਆਂ ਤੋਲਣਾ ਅਤੇ ਭੋਲਿਓ ਦਿਲ ਨਾਲ ਤੋਲਿਆ, ਸੁਖਵੰਤ ਸਿੰਘ ਅੱਕਾਂ ਵਾਲੀ, ਸਰਬਜੀਤ ਸਿੰਘ ਰੋਪੜ, ਚਮਕੌਰ ਸਿੰਘ ਰੋਡੇ, ਇਹ ਉਹ ਸ਼ਖਸੀਅਤਾਂ ਸੀਗੀਆਂ ਜਿਹੜੇ ਸੰਤਾਂ ਦੇ ਨਜ਼ਦੀਕੀ ਸਾਥੀ ਸੀਗੇ। ਇਹਨਾਂ ਸਾਰੇ ਸਾਥੀਆਂ ਨੂੰ ਸਰਕਾਰ ਦੇ ਇਸ਼ਾਰੇ 'ਤੇ ਚੁਣ ਚੁਣ ਕੇ ਸ਼ਹੀਦ ਕੀਤਾ ਗਿਆ। ਇੱਥੋਂ ਤੱਕ ਕਿ ਸਿੱਖ ਸੰਘਰਸ਼ ਦਾ ਮੁਕੰਮਲ ਨਾਸ਼ ਕਰਨ ਵਾਸਤੇ ਇੱਕ ਸਰਕਾਰ ਨਾਲ ਗੇਟਮੈਂਟ ਕੀਤੀ ਗਈ ਪੰਥਕ ਕਮੇਟੀ ਵੱਲੋਂ। ਜਦੋਂ ਪੰਜਾਬ ਵਿੱਚ ਅਨਾਊਂਸਮੈਂਟ ਹੋਈ ਵੀ ਪੰਜਾਬ 'ਚ ਚੋਣਾਂ ਹੋਣਗੀਆਂ ਅਤੇ ਪਰਮਜੀਤ ਪੰਜਵੜ ਪੰਥਕ ਕਮੇਟੀ ਨੇ ਉਹਦਾ ਬਾਈਕਾਟ ਦਾ ਸੱਦਾ ਦੇਤਾ, ਤੁਸੀਂ ਜ਼ਿਆਦਾ ਬਿਹਤਰ ਜਾਣਦੇ ਹੋ ਇਸ ਗੱਲ ਨੂੰ, ਜਦੋਂ ਕਿਉਂਕਿ ਲੋੜ ਸੀ ਉਸ ਟਾਈਮ ਇਲੈਕਸ਼ਨਾਂ ਦੀ, ਕਿਉਂਕਿ ਜੇ ਨੌਜਵਾਨ ਨੇ ਬਚਾਉਣਾ ਸੀਗਾ ਤਾਂ। ਪਰ ਇਹਨਾਂ ਨੇ ਚੁਣ ਚੁਣ ਕੇ 27 ਦੇ ਕਰੀਬ ਪੰਥ ਦੇ ਉਮੀਦਵਾਰ ਸ਼ਹੀਦ ਕਰਤੇ ਕਿ ਅਸੀਂ ਇਲੈਕਸ਼ਨ ਨਹੀਂ ਲੜਨ ਦਾਂਗੇ, ਕਿਉਂਕਿ ਸਰਕਾਰ ਨੂੰ ਪਤਾ ਸੀਗਾ ਕਿ ਜਿਵੇਂ ਪਹਿਲਾਂ ਸਿਮਰਤ ਸਿੰਘ ਮਾਨ, ਧਿਆਨ ਸਿੰਘ ਮੰਡ ਇਹ ਪੰਥਕ ਸੋਚ ਜਿੱਤੇ ਸੀਗੇ, ਜੇ ਪੰਜਾਬ ਦੀ ਅਸੈਂਬਲੀ 'ਚ ਇਹ ਸੋਚ ਦੇ ਬੰਦੇ ਆ ਗਏ ਤਾਂ ਸਰਕਾਰ ਨੂੰ ਮਨਜ਼ੂਰ ਨਹੀਂ ਸੀਗਾ, ਸਰਕਾਰ ਨੇ ਹੱਥ ਟੋਕੇ ਬਣੇ, ਇਹਨਾਂ ਲੋਕਾਂ ਨੇ 27 ਦੇ ਕਰੀਬ ਪੰਥਕ ਮੁਦਾ ਸ਼ਹੀਦ ਕਰਤੇ। ਪਰ ਦੇਸ਼ ਵਾਸਤੇ ਤੇ ਉਹ ਅੱਜ ਵੀ ਪਾਕਿਸਤਾਨ ਦੇ ਜਿੱਦਾਂ ਗਿਆ, ਮੈਂ ਮੇਰੀ ਪਹਿਲਾਂ ਮੇਰੀ ਗੱਲ ਪੂਰੀ ਹੋਣ, ਤੁਹਾਡੀ ਗੱਲ ਦਾ ਜਵਾਬ ਦੂੰਗਾ ਜੀ ਮੈਂ ਆ ਕੇ। ਦੂਜੀ ਗੱਲ ਆ ਗਈ, ਉਸ ਤੋਂ ਉਪਰੰਤ ਫਿਰ ਇਲੈਕਸ਼ਨ ਅਨਾਊਂਸ ਹੋਏ, ਇਹਨਾਂ ਦੇ ਅਸਲਟਾਂ ਕਰਕੇ ਬਾਈਕਾਟ ਕਰਤਾ ਗਿਆ, ਕਾਂਗਰਸ ਇਲੈਕਸ਼ਨ ਲੜੀ, ਇਹਨਾਂ ਨੇ ਇੱਕ ਵੀ ਕਾਂਗਰਸ ਦਾ ਕੈਂਡੀਡੇਟ ਨਹੀਂ ਮਾਰਿਆ, ਇੱਕ ਸਿੰਗਲ ਕੈਂਡੀਡੇਟ ਨਹੀਂ ਮਾਰਿਆ। 2% ਵੋਟਾਂ ਲੈ ਕੇ ਪੰਜਾਬ 'ਚ ਬਿਆਂਤੇ ਬੁੱਚੜ ਦੀ ਸਰਕਾਰ ਬਣ ਗਈ ਅਤੇ ਬਿਆਂਤੇ ਬੁੱਚੜ ਨੇ ਚੁਣ ਚੁਣ ਕੇ ਪੰਜਾਬ ਦੀ ਨੌਜਵਾਨੀ ਸ਼ਹੀਦ ਕੀਤੀ, ਸਾਰੇ ਇਸ ਗੱਲ ਦੇ ਗਵਾਹ ਹਾਂ। ਅੱਜ ਕੌਮ ਦਾ ਬੱਚਾ ਬੱਚਾ ਜਾਣਦਾ ਕਿ ਕਿਸ ਤਰ੍ਹਾਂ ਬਿਆਂਤੇ ਬੁੱਚੜ ਨੇ ਇਹਨਾਂ ਸਾਰਿਆਂ ਨੇ ਕੌਮ ਦਾ ਜਿਹੜਾ ਨੌਜਵਾਨੀ ਵਰਗ ਨੂੰ ਸ਼ਹੀਦ ਕੀਤਾ। ਅਸੀਂ ਅੱਜ ਬੇਨਤੀ ਕਰਨ ਆਏ ਹਾਂ ਕਿਉਂਕਿ ਇਹਨਾਂ ਕਤਲਾਂ 'ਤੇ, ਭਾਈ ਹਰਮਿੰਦਰ ਸੰਧੂ ਨੂੰ ਕਤਲ 'ਤੇ ਜਦਾ ਗੁਰਦੇਵ ਸਿੰਘ ਕੌਂਕੇ ਤੱਕ ਨਿਹਾ ਦਾ ਨਾਰਾ ਮਾਰਿਆ ਸੀਗਾ, ਬਾਬਾ ਗੁਰਬਚਨ ਸਿੰਘ ਮਾਣੂ ਚੱਲ ਲੱਗਿਆ ਸੀਗਾ ਕਿ ਕਤਲ ਸਰਕਾਰ ਦੇ ਇਸ਼ਾਰਿਆਂ 'ਤੇ ਹੋਇਆ, ਪੂਨੇ ਦੀ ਜੇਲ੍ਹ 'ਚੋਂ ਭਾਈ ਹਰਜਿੰਦਰ ਜਿੰਦਾ ਪਸ਼ੂ ਦੇ ਅਤੇ ਸੁੱਖਾਂ ਨੇ ਚਿੱਠੀ ਲਿਖੀ, ਅਸੀਂ ਨਾਲ ਨੱਥੀ ਕਰ ਰਹੇ ਹਾਂ, ਚਿੱਠੀ ਲਿਖੀ ਉਹਨਾਂ ਨੇ ਕਿ ਸਹੀ ਮਾਇਨੇ 'ਚ ਅਸੀਂ ਅੱਜ ਫਾਂਸੀ ਚੜ੍ਹੇ ਹਾਂ ਜਦੋਂ ਹਰਮਿੰਦਰ ਸਿੰਘ ਸੰਧੂ ਨੂੰ ਸ਼ਹੀਦ ਕੀਤਾ ਗਿਆ ਪੰਮੇ ਪੰਜੜ ਹਰਾਂ ਵੱਲੋਂ ਆ ਕੇ। ਅੱਜ ਅਸੀਂ ਖੂਨ ਦੇ ਹੰਝੂ ਰੋ ਰਹੇ ਹਾਂ ਜੇਲ੍ਹ 'ਚ ਬੈਠ ਕੇ। ਉਹਦੇ ਨਾਲ ਸ਼ੀਤਲ ਸਿੰਘ ਮੱਤੇਵਾਲ, ਭਾਈ ਗਜਿੰਦਰ ਸਿੰਘ ਜੀ ਜਿਹੜੇ ਪਾਕਿਸਤਾਨ ਬੈਠੇ ਆ, ਉਹਨਾਂ ਨੇ ਵੀ ਕਿਹਾ ਕਿ ਇਹ ਜਿਹੜਾ ਹਰਮਿੰਦਰ ਸੰਧੂ ਦੀ ਸ਼ਹੀਦੀ ਹੈ ਇਹ ਸਰਕਾਰ ਦੇ ਇਸ਼ਾਰਿਆਂ 'ਤੇ ਹਰਮਿੰਦਰ ਸਿੰਘ ਸੰਧੂ ਅਤੇ ਸੰਤਾਂ ਦੀ ਵਿਚਾਰਧਾਰਾ ਵਾਲੇ ਲੋਕ ਸ਼ਹੀਦ ਕੀਤੇ ਗਏ ਆ। ਅਸੀਂ ਬੇਨਤੀ ਕਰਨ ਆਏ ਹਾਂ ਕਿ ਜਿਹੜੇ ਲੋਕਾਂ ਨੇ ਪੰਥ ਦੀ ਬੇੜੀਆਂ 'ਚ ਵੱਟੇ ਪਾਏ, ਪੰਥ ਜਿਹੜਾ ਤੇਲ ਦਿੱਤਾ, ਚੁਣ ਚੁਣ ਕੇ ਨੌਜਵਾਨੀ ਸ਼ਹੀਦ ਕੀਤੀ,
ਕਿਸ ਇਖਤਿਆਰ ਨਾਲ ਅਸੀਂ ਉਹਨਾਂ ਦੀ ਫੋਟੋ ਅਜਾਇਬ ਘਰ 'ਚ ਲਾ ਰਹੇ ਹਾਂ। ਅਸੀਂ ਬੇਨਤੀ ਕਰਨਾ ਆ, ਇਹੋ ਜਿਹਾ ਬੰਦਾ ਜੇ ਫੋਟੋ ਲੱਗੀ ਪੰਥ ਕੀ ਸਿਰ ਲਊਗਾ? ਸਾਡੀ ਪੀੜ੍ਹੀ ਕੀ ਸੋਚੂਗੀ ਕਿ ਇਹਨਾਂ ਨੇ ਸੰਤਾਂ ਦੇ ਸਾਥੀ 'ਚ ਕੀਤੇ? ਇੱਕ ਬੰਨੇ ਸੰਤਾਂ ਦੀ ਤਸਵੀਰ ਲੱਗੀ ਹੋਈ ਆ, ਦੂਜੇ ਬੰਨੇ ਸੰਤਾਂ ਦੀ ਵਿਚਾਰਧਾਰਾ ਦੇ ਕਤਲ ਕਰਨ ਵਾਲੇ ਬੰਦੇ ਦੀ ਤਸਵੀਰ ਲੱਗੂਗੀ ਅਤੇ ਕੌਮ ਕਿੱਥੇ ਖੜੀ ਹੋਊਗੀ? ਅਸੀਂ ਬੇਨਤੀ ਕਰ ਰਹੇ ਹਾਂ ਜਦਾ ਸਾਹਿਬ ਨੂੰ ਕਿ ਇਹੋ ਜਿਹੇ ਬੰਦੇ ਦੀ ਤਸਵੀਰ ਸਿੱਖ ਅਜਾਇਬ ਘਰ 'ਚ ਨਹੀਂ ਲੱਗਣੀ ਚਾਹੀਦੀ। ਇਹ ਸਾਰੇ ਅਸੀਂ ਉਹ ਬੰਦੇ ਖੜ੍ਹੇ ਹਾਂ ਜਿਨ੍ਹਾਂ ਨੇ ਸਿੱਖ ਸੰਘਰਸ਼ ਨੂੰ ਅਖਬਾਰਾਂ 'ਚ ਨਹੀਂ ਪੜ੍ਹਿਆ, ਟੀਵੀ 'ਤੇ ਨਹੀਂ ਵੇਖਿਆ, ਅਸੀਂ ਪਿੰਡੇ 'ਤੇ ਹੰਡਾਇਆ, ਅਸੀਂ ਸਾਰਾ ਸਨਾਬ ਲੜੇ ਹੱਥੀਂ ਲੜਾਈ ਲੜੀ ਹੈ। ਹੁਣ ਵੀ ਪਰਸੋਂ ਮੇਰੀ ਹਾਈਕੋਰਟ ਜਮਾਨਤ ਹੋਈ ਹੈ ਦੇਸ਼ ਦਰੋਹ ਕੇਸ 'ਚੋਂ। ਪੂਰੇ ਦੇਸ਼ ਦਾ ਪਹਿਲਾ ਬੰਦਾ ਮੈਂ 140 ਕਰੋੜ 'ਚੋਂ ਜਦੋਂ ਸਰਕਾਰ ਨੇ ਕੇਸ ਪਾਇਆ। ਅੱਜ ਵੀ ਅਸੀਂ ਆਪਣੇ ਸਤੰਤਰ ਨਾਲ ਹੀ ਲੜ ਰਹੇ ਹਾਂ, ਪਰ ਉਹ ਬੰਦੇ ਉਸ ਵਿਚਾਰ ਖਤਮ ਕਰਨਾ ਚਾਹੁੰਦੇ ਸੀਗੇ। ਅਸੀਂ ਸਾਰੇ ਉਪਕਾਰ ਸੰਧੂ ਬੈਠੇ ਆ, ਸਵਰਨ ਸਿੰਘ ਜੀ ਬੈਠੇ ਆ, ਪ੍ਰਿਤਪਾਲ ਸਿੰਘ ਜੀ ਹੈ, ਮਟਗਿਆ ਸਾਹਿਬ ਹੈ, ਡਾਕਟਰ ਭਗਵਾਨ ਸਿੰਘ ਜੀ ਹੈ, ਇਹ ਸਾਰੇ ਆਏ ਹਾਂ। ਬਲਬੀਰ ਸਿੰਘ ਸਰ, ਬਲਬੀਰ ਸਿੰਘ ਚੀਮਾ ਬੇਨਤੀ ਕਰਨਾ ਆ ਵੀ ਇਹੋ ਜਿਹੇ ਬੰਦੇ ਤਸਵੀਰ ਅਜਾਇਬ ਘਰ 'ਚ ਨਾ ਲੱਗੇ। ਅਤੇ ਅੱਜ ਆਪਣੇ ਹਰਮਿੰਦਰ ਸਿੰਘ ਸੰਧੂ ਦੇ ਪੁਰਾਣੇ ਸਾਥੀ ਜਿਹੜੇ ਕਿ ਜੇਲ੍ਹ ਦੇ ਵਿੱਚ ਨਾਲ ਰਹੇ, ਜੋਧਪੁਰ ਤੋਂ ਜਿੰਦਰਪਾਲ ਸਿੰਘ ਟਿੰਗਮਾ, ਸਵਰਨ ਸਿੰਘ ਖਾਲਸਾ ਜਿਹੜੇ ਫੈਡਰੇਸ਼ਨ 'ਚ ਵੀ ਨਾਲ ਰਹੇ ਨੇ, ਉਹ ਅੱਜ ਮੰਗ ਪੱਤਰ ਦੇਣ ਆਏ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਿ ਪਰਮਜੀਤ ਸਿੰਘ ਪੰਜਵਾੜ ਜਿਹੜਾ ਕਿ ਏਜੰਸੀਆਂ ਦਾ ਹੱਥ ਠੋਕਾ ਸੀ, ਜਿਹਨੇ ਕੌਮ ਦਾ ਬਹੁਤ ਜ਼ਿਆਦਾ ਘਾਣ ਕੀਤਾ, ਕੌਮ ਦਾ ਸੰਘਰਸ਼ ਲੜ ਰਹੇ ਸਿੰਘਾਂ ਨੂੰ ਧੋਖੇ ਦੇ ਨਾਲ ਬਹਾਨੇ ਨਾਲ ਘਰ ਜਾ ਕੇ ਮਾਰਿਆ, ਜਿਵੇਂ ਕਿ ਹਰਮਿੰਦਰ ਸਿੰਘ ਸੰਧੂ ਨੂੰ ਵੀ ਮਿਲਣ ਦੇ ਬਹਾਨੇ ਘਰ ਜਾ ਕੇ ਮਾਰਿਆ ਜਾਂਦਾ। ਚਮਕੌਰ ਸਿੰਘ ਰੋਡੀ ਦੇ ਘਰ ਜਾ ਕੇ ਰੋਟੀ ਖਾ ਕੇ ਉਹਨੂੰ ਬਹਾਨਾ ਬਣਾਉਂਦੇ ਆ ਵੀ ਪੁਲਿਸ ਦਾ ਰੇਡ ਹੋ ਜਾਣਾ, ਬਾਹਰ ਲੈ ਜਾਂਦੇ, ਬਾਹਰ ਲਿਜਾ ਕੇ ਮਾਰ ਦਿੰਦੇ ਆ। ਇਸ ਤਰ੍ਹਾਂ ਅਨੇਕਾਂ ਹੀ ਸਿੰਘ ਇਹਨਾਂ ਨੇ ਸ਼ਹੀਦ ਕੀਤੇ ਆ, ਸਰਬਜੀਤ ਸਿੰਘ ਰੋਪੜ, ਸੁਖਵੰਤ ਸਿੰਘ ਅੱਕਾਂ ਵਾਲੀ, ਅਤੇ ਪਰਮਜੀਤ ਸਿੰਘ ਪੰਜਵਾੜ ਕੌਣ ਆ? 4 ਸਾਲ ਪਹਿਲਾਂ ਵੀ ਸਾਨੂੰ ਤਾਂ ਕੋਈ ਭੁਲੇਖਾ ਨਹੀਂ, ਪਿੰਕੀ ਕੈਟ ਨੇ ਵੀ ਉਹਦੇ ਬਾਰੇ ਕਿਹਾ ਸੀ ਕਿ ਨੇਪਾਲ ਤੋਂ ਉਹਨੂੰ ਫੜਿਆ ਸੀ ਅਤੇ ਏਜੰਸੀਆਂ ਨੇ ਫੋਨ ਕਰਕੇ ਉਹਨੂੰ ਛਡਵਾ ਦਿੱਤਾ ਸੀ। ਉਹਦੀ ਘਰਵਾਲੀ ਤਿਹਾੜ ਜੇਲ੍ਹ 'ਚ ਸੀ, ਇੱਥੋਂ ਉਹਦਾ ਪਾਸਪੋਰਟ ਬਣਾ ਕੇ ਅਤੇ ਉਹਨੂੰ ਲਾਹੌਰ ਉਹਦੇ ਕੋਲ ਪਹੁੰਚਾਇਆ ਜਾਂਦਾ ਪੰਜਵਾੜ ਦੇ ਕੋਲ। ਅਤੇ ਪੰਜਵਾੜ ਉੱਥੇ ਪਾਕਿਸਤਾਨ 'ਚ ਉਹ ਨਸ਼ਿਆਂ ਦਾ ਧੰਦਾ ਕਰਦਾ ਸੀ। ਜੰਮੂ ਕਸ਼ਮੀਰ ਦੀ ਜੇਲ੍ਹ 'ਚ ਬੰਦੇ ਬੰਦ ਨੇ ਜਿਨ੍ਹਾਂ ਨੇ ਇੰਟੈਰੋਗੇਸ਼ਨ ਵੇਲੇ ਮੰਨਿਆ ਕਿ ਸਾਨੂੰ ਇਹ ਜਿਹੜਾ ਨਸ਼ਾ ਆ ਪਰਮਜੀਤ ਪੰਜਵੜ ਵੱਲੋਂ ਸਪਲਾਈ ਹੋਇਆ ਸੀ। ਮਤਲਬ ਮੁੱਕਦੀ ਗੱਲ ਹੈ ਕਿ ਜੇ ਇਹਨਾਂ ਨੇ ਡੰਡੇ ਦੇ ਨਾਲ ਬਾਈਕਾਟ ਕਰਾਇਆ ਇਲੈਕਸ਼ਨ ਦਾ, ਉਹਦੇ 'ਚ 25-30 ਉਮੀਦਵਾਰ ਅਕਾਲੀ ਦਲ ਦੇ ਮਾਰ ਦਿੱਤੇ ਗਏ। ਉਸ ਤੋਂ ਬਾਅਦ ਕਾਂਗਰਸ ਚੋਣਾਂ ਲੜਦੀ ਹੈ, ਬਿਨਤਾ ਬੁੱਚੜ ਜਦੋਂ ਮੁੱਖ ਮੰਤਰੀ ਬਣਦਾ ਕਿਸੇ ਇੱਕ ਕਾਂਗਰਸ ਦੇ ਬੰਦੇ ਨੂੰ ਵੀ ਝਰੀਟ ਨਹੀਂ ਆਈ, ਕੋਈ ਸਰਟੀਫਿਕੇਟ ਦੀ ਲੋੜ ਨਹੀਂ ਰਹਿ ਜਾਂਦੀ ਕਿ ਇਹ ਬਿਲਕੁਲ ਹੀ ਕਾਂਗਰਸ ਦੇ ਏਜੰਟ ਸਨ ਔਰ ਕਾਂਗਰਸ ਦੀ ਮਰਜ਼ੀ ਦੇ ਨਾਲ ਸਾਰਾ ਸੰਘਰਸ਼ ਖਤਮ ਕਰਨ ਲਈ ਇਹਨਾਂ ਨੇ ਇਹ ਰੋਲ ਪਲੇ ਕੀਤਾ। ਇਸ ਕਰਕੇ ਇਹਨਾਂ ਦੀ ਫੋਟੋ ਅਜਾਇਬ ਘਰ ਦੇ ਵਿੱਚ ਲਾਉਣਾ ਜਿਹੜਾ ਉਹ ਬਹੁਤ ਗਲਤ ਮੈਸੇਜ ਜਾਏਗਾ ਅਤੇ ਉਹ ਨਹੀਂ ਲਗਾਈ ਜਾਣੀ ਚਾਹੀਦੀ, ਇਹ ਸਾਡਾ ਇਤਰਾਜ਼ ਹੈ।